ਮੇਰੇ ਬੱਚੇ ਵਾਸਤੇ ਸਿਰਫ ਮੈਂ ਸਭ ਤੋਂ ਪਹਿਲਾਂ ਇਹੀ ਧਿਆਨ ਰੱਖਣਾ, ਮੈਨੂੰ ਇਹ ਪਰਵਾਹ ਨਹੀਂ ਕਿ ਕੋਈ ਮੇਰੇ ਬਾਰੇ 'ਚ ਕੀ ਸੋਚ ਰਿਹਾ, ਕੋਈ ਮੇਰੇ ਬੱਚੇ ਵਾਸਤੇ ਕੀ ਬੋਲ ਰਿਹਾ, ਕੀ ਕਹਿ ਰਿਹਾ, ਉਹਨਾਂ ਦੀ ਕੰਸਰਨ ਹੈ, ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ, ਇਹੀ ਹੈ ਅਤੇ ਕਰਨ ਦਿਓ, ਉਹਨਾਂ ਨੂੰ ਤਾਂ ਬਿਜ਼ੀ ਹੋਣ ਵਾਸਤੇ ਕੁਛ ਕਰਨਾ ਹੈ ਨਾ, ਸੋਚਣ ਦਿਓ, ਅਸੀਂ ਆਪਣਾ ਕਰ ਲਈਏ, ਸਾਨੂੰ ਜੋ ਠੀਕ ਲੱਗ ਰਿਹਾ ਅਸੀਂ ਉਹ ਕਰੀਏ, ਅਸੀਂ ਉਹ ਕਰਾਂਗੇ। ਰਹੀ ਗੱਲ ਸੋਸਾਇਟੀ ਨੂੰ ਅਵੇਅਰ ਕਰਨ ਦੀ, ਮੈਂ ਜਿਵੇਂ ਕੀ ਕਹਿੰਦੇ ਨੇ ਕਿ ਓਪਨ ਇਨਵੀਟੇਸ਼ਨ ਹੈ, ਤੁਸੀਂ ਜਿਹੜੀ ਵੀ ਕਲੋਨੀ 'ਚ ਹੋ, ਜਿਹੜੇ ਵੀ ਫੈਕਟਰੀ 'ਚ ਹੋ, ਜਿਹੜੇ ਵੀ ਤੁਸੀਂ ਆਫਿਸ 'ਚ ਹੋ, ਬਿਜ਼ਨਸ 'ਚ ਹੋ, ਕਿੱਥੇ ਵੀ 10 ਬੰਦੇ ਵੀ ਇਕੱਠੇ ਕਰ ਲਓ, ਮੈਨੂੰ ਬੁਲਾ ਲਓ, ਸਾਡੀ ਟੀਮ ਆ ਜਾਏਗੀ, ਮੈਂ ਆ ਜਾਏਗੀ, ਜਿੱਥੇ ਕਹੋਗੇ ਉੱਥੇ ਪਹੁੰਚ ਜਾਵਾਂਗੇ। ਔਟਿਜ਼ਮ ਦੇ ਵਿੱਚ ਸਪੈਸ਼ਲ ਨੀਡ ਬੱਚਿਆਂ ਦੇ ਵਾਸਤੇ ਜੋ ਬੋਲਣਾ ਹੈ ਪੋਜ਼ੀਟਿਵ, ਜੋ ਜਿਸ ਤਰੀਕੇ ਨਾਲ ਹੈ ਮੈਂ ਬੋਲਾਂਗਾ, 10 ਲੋਕ ਹੋਣ, 100 ਲੋਕ ਹੋਣ, ਇਹ ਇੱਕਦਮ ਮਿਸ਼ਨ ਹੈ। ਸੋਸਾਇਟੀ ਦੇ ਅੰਦਰ ਅਵੇਅਰਨੈਸ ਲਿਆਉਣੀ ਪਏਗੀ, ਆਏਗੀ ਨਹੀਂ। ਜਿੱਥੇ ਮੇਰਾ ਜਿੰਨਾ ਤੁਹਾਨੂੰ ਸਹਿਯੋਗ ਚਾਹੀਦਾ ਸਾਨੂੰ ਦੱਸੋ, ਪੂਰੀ ਦੀ ਪੂਰੀ ਟੀਮ ਰੈਡੀ ਹੈ। ਤੁਹਾਡੇ ਆਸ ਪਾਸ ਤੁਹਾਡੀ ਕੋਈ ਗੈਦਰਿੰਗ ਹੁੰਦੀ ਹੈ, ਤੁਹਾਡਾ ਕੋਈ, ਮੇਰੀ ਬੇਟੀ ਦੀ ਸ਼ਾਦੀ ਹੋਈ, ਉਸ ਦੇ ਅੰਦਰ ਉਸਦਾ ਕੋਈ ਉਹ ਉਸ ਟਾਈਮ ਫੰਕਸ਼ਨ ਚੱਲ ਰਿਹਾ ਸੀਗਾ, ਰਘੂ ਜਿਹੜਾ ਮੇਰੇ ਨਾਲ ਇਸ ਸੈਂਟਰ ਦੇ ਨੇ, ਜਿਨ੍ਹਾਂ ਦਾ ਬੇਟਾ ਸੰਯਮ ਹੈਗਾ, ਉਹ ਵੀ ਉੱਥੇ ਹੀ ਸੀਗੇ। ਹੁਣ ਰਘੂ ਨਾ ਸੰਯਮ ਨੂੰ, ਬੱਚੇ ਨੂੰ ਉੱਥੇ ਡਾਂਸ ਕਰਾਉਣਾ ਸੀਗਾ, ਪੂਰੀ ਗੈਦਰਿੰਗ ਸੀਗੀ ਉੱਥੇ। ਮੈਂ ਉਸੇ ਟਾਈਮ ਡੀ ਜੇ ਵਾਲੇ ਨੂੰ ਕਿਹਾ ਮਾਈਕ ਨਹੀਂ, ਜਰਾ ਇੱਕ ਮਿੰਟ, ਮੈਂ ਕਿਹਾ ਇਸ ਤੋਂ ਅੱਛਾ ਮੌਕਾ ਨਹੀਂ ਮਿਲੇਗਾ। 5 ਮਿੰਟ ਵੀ ਨਹੀਂ ਲੱਗੇ ਹੋਣਗੇ, ਮੈਂ ਪਹਿਲੇ ਸਾਰੇ ਜਿੰਨੇ ਮੇਰੇ ਰਿਸ਼ਤੇਦਾਰ ਸੀ ਜਿਹੜੇ ਜਿਹੜੇ ਆਏ ਸੀ, ਸਾਰਿਆਂ ਨੂੰ ਉਹਨੂੰ ਸਮਝਾਇਆ, ਔਟਿਜ਼ਮ ਇੱਕ ਸਪੈਸ਼ਲ ਕੰਡੀਸ਼ਨ ਹੁੰਦੀ ਹੈ, ਇਹਦੇ ਬੱਚੇ ਇਹ ਕਰਦੇ ਨੇ, ਇਹਦੇ ਵਿੱਚ ਉਹ ਕਰਦੇ ਨੇ, ਇਹ ਉਹ ਕੰਡੀਸ਼ਨ ਹੈ ਜਿਹਦੇ ਬਾਰੇ ਸਾਨੂੰ ਸਾਰਾ ਪਤਾ ਨਹੀਂ ਹੈ, ਇਹ ਬੱਚਿਆਂ ਨੂੰ ਸਾਰੀ ਸਮਝ ਹੁੰਦੀ ਹੈ, ਇਹ ਬੱਚੇ ਸਾਰਾ ਇਹ ਕਰਦੇ ਨੇ, ਪੂਰਾ ਮਾਈਕ ਲੈ ਕੇ ਮੈਂ ਸਾਰਾ ਦੱਸਿਆ। ਔਰ ਹੁਣ ਮੈਂ ਉਹਨਾਂ ਨੂੰ ਕਿਹਾ ਕਿ ਹੁਣ ਇਹ ਬੱਚਾ ਦੇਖੋ ਇੱਥੇ ਆ ਕੇ ਕਰ ਰਿਹਾ, ਇਹ ਪਰਫੋਰਮ ਕਰ ਰਿਹਾ, ਇਸ ਨੂੰ ਦੇਖੋ, ਇਸ ਨੂੰ ਮੋਟੀਵੇਟ ਕਰੋ, ਸਾਰੇ ਅਟੈਨਸ਼ਨ ਹੋ ਗਈ ਇੱਕਦਮ ਕਿ ਇਹ ਕੀ ਹੋਇਆ, ਹੁਣ ਅਵੇਅਰਨੈਸ ਆਈ, ਕੁਛ ਤਾਂ ਹੋਇਆ, ਭਾਵੇਂ ਉਹ ਜਿਹੜਾ ਮਰਜ਼ੀ ਮੌਕਾ ਸੀਗਾ, ਮਤਲਬ ਬੇਟੀ ਦੀ ਮੈਰਿਜ ਹੈ ਉਸ ਦੇ ਅੰਦਰ ਵੀ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਦੱਸਿਆ। ਸੋ ਇਹੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ, ਕੋਈ ਵੀ ਮੌਕਾ ਮਿਲੇ ਛੱਡੋ ਨਹੀਂ, ਤੁਹਾਡੀ ਕੋਈ ਗੈਦਰਿੰਗ ਹੈ, ਤੁਹਾਡੀ ਕੋਈ ਜਗ੍ਹਾ ਹੈ, ਤੁਹਾਡਾ ਕੋਈ ਆਫਿਸ਼ੀਅਲ ਪਲੇਸ ਹੈ, ਬੁਲਾਓ। 5 ਮਿੰਟ ਦੀ ਟੌਕ ਕਰਾਉਣ ਵਾਸਤੇ ਮੈਨੂੰ 1.5 ਘੰਟੇ ਵੀ ਚੱਲ ਕੇ ਆਉਣਾ ਪਏਗਾ, ਮੈਂ ਆ ਜਾਵਾਂਗਾ, ਕੋਈ ਫੀਸ ਨਹੀਂ ਹੈ, ਕੋਈ ਕੁਛ ਨਹੀਂ ਹੈ, ਜਸਟ ਔਟਿਜ਼ਮ ਕਿਆ ਹੈ ਜਾਂ ਸਪੈਸ਼ਲ ਨੀਡ ਬੱਚੇ ਕੀ ਹੁੰਦੇ ਨੇ ਜਾਂ ਸੋਸਾਇਟੀ ਦੇ ਅੰਦਰ ਇਹਨਾਂ ਦੇ ਪ੍ਰਤੀ ਕੀ ਸੋਚ ਰੱਖਣੀ ਚਾਹੀਦੀ ਹੈ, ਕੁਛ ਨਹੀਂ, ਸਿੰਪਲ ਕੁਛ ਬੋਲ ਕੇ ਆਵਾਂਗਾ, ਕਿਸੇ ਦੇ ਦਿਮਾਗ 'ਚ ਕੁਛ ਤਾਂ ਜਾਏਗਾ, ਧੀਰੇ 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 ਸੋਸਾਇਟੀ ਚੇਂਜ ਹੋ ਜਾਏਗੀ। ਹੁਣ ਕਾਫੀ ਪੋਜ਼ਿਟਿਵ ਚੀਜ਼ਾਂ ਹੋਣ ਲੱਗ ਗਈਆਂ ਨੇ ਸਮਾਜ ਦੇ ਅੰਦਰ, ਅੱਜ ਦਾ ਸਮਾਜ ਉਹ ਪਹਿਲੇ ਵਾਲਾ ਨਹੀਂ ਰਿਹਾ ਹੈ, ਪਰਿਵਰਤਨ ਆ ਰਿਹਾ, ਹੁਣ ਇਹ ਵੀ ਪਰਿਵਰਤਨ ਧੀਰੇ ਧੀਰੇ ਹੀ ਆਏਗਾ। ਸੋ ਸੋਸਾਇਟੀ ਪਹਿਲੇ ਨਾਲੋਂ ਕਾਫੀ ਡਿਵੈਲਪ ਹੋ ਗਈ ਹੈ। ਸੋ ਇਸ ਦੇ ਬਾਵਜੂਦ ਅਗਰ ਕੁਛ ਲੋਕ ਇਹ ਸੋਚਦੇ ਨੇ, ਲੈਟ ਦੈਮ, ਕਿਉਂ ਜਾਣਾ ਛੱਡ ਗਿਆ, ਜਾਣਾ ਹੈ ਬੱਚੇ ਨੂੰ ਨਾਲ ਲੈ ਕੇ ਜਾਣਾ, ਇਹ ਤਾਂ ਉਲਟਾ ਹੋ ਜਾਏਗਾ। ਪਹਿਲੇ ਤਾਂ ਮੈਂ ਬੱਚੇ ਦਾ ਐਕਸਪੋਜ਼ਰ ਰੋਕ ਲਿਆ, ਫਿਰ ਮੈਂ ਆਪਣਾ ਐਕਸਪੋਜ਼ਰ ਰੋਕ ਲਿਆ, ਬੱਚੇ ਨੂੰ ਤਾਂ ਜੋ ਪ੍ਰੋਬਲਮ ਸੀਗੀ, ਮੈਂ ਹੋਰ ਘਰ ਦੇ ਦਾਇਰੇ ਦੇ ਅੰਦਰ ਰਹਿ ਕੇ ਬਣ ਗਿਆ, ਹੁਣ ਮੈਂ ਵੀ ਨੈਗੇਟਿਵ ਹੋ ਗਿਆ, ਹੁਣ ਕੀ ਠੀਕ ਹੋਏਗਾ, ਕੁਛ ਨਹੀਂ, ਬਾਹਰ ਨਿਕਲੋ, ਲੈਟ ਦੈਮ ਟੋਕ, ਲੈਟ ਦੈਮ ਟੋਕ। ਮੈਂ ਤੁਹਾਨੂੰ ਪਿਛਲੀ ਕੀ ਕਿਹਾ ਸੀਗਾ, ਪਿਛਲੀ ਮੀਟਿੰਗ ਦੇ ਅੰਦਰ ਮੈਂ ਤੁਹਾਨੂੰ ਸੰਯਮ ਦੇ ਬਾਰੇ 'ਚ ਦੱਸਿਆ ਸੀਗਾ ਕਿ ਰਘੂ ਨੇ ਕੀ ਕਿਹਾ ਸੀ, ਕਹਿੰਦਾ ਮੈਂ ਰੈਸਟੋਰੈਂਟ ਲੈ ਕੇ ਜਾਂਦਾ ਸੀ, ਉੱਥੇ ਇਹ ਸ਼ੋਰ ਬੜਾ ਮਚਾਉਂਦਾ ਸੀ, ਸਾਰੇ ਲੋਕ ਇਸ ਦੀ ਤਰਫ ਦੇਖਦੇ ਸੀ, ਅਤੇ ਮੈਂ ਨਹੀਂ ਲੈ ਕੇ ਜਾਂਦਾ ਸੀਗਾ। ਬਸ ਨਿਧੀ ਨੇ ਇਹੀ ਕਿਹਾ, ਜਿਹੜੀ ਉਸਦੀ ਵਾਈਫ ਨੇ, ਉਸਨੇ ਇਹੀ ਕਿਹਾ ਕਿ ਜੇ ਤੁਸੀਂ ਲੈ ਕੇ ਨਹੀਂ ਜਾਓਗੇ ਤਾਂ ਪਹਿਲੀ ਗੱਲ ਤਾਂ ਇਸ ਨੂੰ ਸਮਝ ਕਿਵੇਂ ਆਏਗੀ, ਇਹ ਤਾਂ ਫਿਰ ਕਦੀ ਵੀ ਨਹੀਂ ਲਿਜਾਣ ਜੋਗਾ ਰਹੇਗਾ। ਔਰ ਦੂਸਰਾ, ਤੁਸੀਂ ਉਹਨਾਂ ਦੀ ਚਿੰਤਾ ਕਰ ਰਹੇ ਹੋ ਜਿਨ੍ਹਾਂ ਨੂੰ ਪਤਾ ਨਹੀਂ ਜ਼ਿੰਦਗੀ 'ਚ ਤੁਸੀਂ ਦੁਬਾਰਾ ਮਿਲਣਾ ਵੀ ਹੈ ਕਿ ਨਹੀਂ ਮਿਲਣਾ। ਮਤਲਬ ਆਮ ਸਮਾਜ 'ਚ ਉਸ ਰੈਸਟੋਰੈਂਟ 'ਚ ਜਿਹੜੇ 25 ਲੋਕ ਬੈਠੇ ਹੋਣਗੇ, ਸਾਨੂੰ ਕੀ ਪਤਾ ਅਸੀਂ ਦੁਬਾਰਾ ਉਸਨੂੰ ਮਿਲਣਾ ਵੀ ਹੈ ਕਿ ਨਹੀਂ ਮਿਲਣਾ, ਉਹ ਮੇਰੇ ਬੱਚੇ ਦੇ ਪ੍ਰਤੀ ਜਾਂ ਮੇਰੇ ਵਾਸਤੇ ਕੀ ਬੋਲ ਰਹੇ ਨੇ ਮੈਨੂੰ ਕਿਵੇਂ ਮੈਟਰ ਕਰਦਾ। ਲੇਕਿਨ ਸਰ ਪਤਾ ਕੀ ਹੈ,
ਬਾਹਰ ਕੇ ਲੋਕੋ ਕੋ ਅਵੋਇਡ ਕਰ ਸਕਤੇ ਹੈ, ਲੇਕਿਨ ਸਰ ਜੋ ਆਪਣੇ ਰਿਲੇਟਿਵਸ ਹੈ ਉਨਕੋ ਕੈਸੇ ਅਵੋਇਡ ਕਰਨਾ? ਕਿਉਂ ਅਵੋਇਡ ਕਰਨਾ ਹੈ? ਕਿਉਂ ਅਵੋਇਡ ਕਰਨਾ? ਲੈਟ ਦੈਮ ਟਾਕ ਸਰ, ਅਵੋਇਡ ਇਨ ਦਾ ਸੈਂਸ ਕਿ ਹਮ ਬਾਹਰ ਕੇ ਲੋਕੋ ਸੇ ਜੋ ਸ਼ਾਇਦ ਮਿਲੇ ਨਾ ਮਿਲੇ, ਲੇਕਿਨ ਜੋ ਰਿਲੇਟਿਵ ਉਨਕੇ ਮੂੰਹ ਮੱਥੇ ਤੋਂ ਕਭੀ ਨਾ ਕਭੀ ਲੱਗਣੀ ਹੈ। ਤੇ ਕੀ ਹੋ ਗਿਆ? ਕੁਝ ਹੁਣ ਮੇਰੇ ਬੱਚੇ ਦੀ ਇੱਕ ਸਪੈਸ਼ਲ ਨੀਡ ਹੈ, ਐਨਰਜੀਜ਼ ਐਸੀ ਹੈ ਨਾ ਸਰ ਜੋ ਸਮਝ ਰਹੀ ਨਹੀਂ ਜਾਂਦੀ। ਅੱਛਾ ਓਕੇ, ਹੁਣ ਤੁਸੀਂ ਘਰ ਤੋਂ ਜਾਣਾ ਬਾਹਰ ਬੰਦ ਕਰ ਦਿੱਤਾ, ਹੁਣ ਤੁਸੀਂ ਸੋਸਾਇਟੀ 'ਚ ਨਹੀਂ ਜਾ ਰਹੇ, ਰਿਲੇਸ਼ਨ ਦੇ ਅੰਦਰ ਨਹੀਂ ਜਾ ਰਹੇ, ਬੱਚੇ ਨੂੰ ਬਾਹਰ ਨਹੀਂ ਲੈ ਕੇ ਜਾ ਰਹੇ, ਹੁਣ ਸਭ ਠੀਕ ਹੋ ਗਿਆ? ਹੁਣ ਉਹ ਗੱਲਾਂ ਨਹੀਂ ਕਰ ਰਹੇ ਆਪਣੇ ਘਰ 'ਚ, ਹੁਣ ਉਹ ਤੁਹਾਡੇ ਵਾਸਤੇ ਨਹੀਂ ਬੋਲ ਰਹੇ? ਨਹੀਂ, ਲੇਕਿਨ ਇਹ ਤਾਂ ਤੁਸੀਂ ਆਪਣੇ ਆਪ ਨੂੰ ਲੈਮੀਨੇਟ ਕਰੋਗੇ ਨਾ। ਅੱਜ ਬਾਹਰ ਬਾਰਿਸ਼ ਹੋ ਰਹੀ ਹੈ ਔਰ ਜੇ ਮੈਨੂੰ ਕੋਈ ਕੰਮ ਹੈ ਤਾਂ ਕਿਆ ਮੈਂ ਨਹੀਂ ਜਾਵਾਂਗਾ? ਜਾਵਾਂਗਾ। ਅੱਜ ਬਾਹਰ ਗਰਮੀ ਹੈ, ਮੈਨੂੰ ਕੋਈ ਕੰਮ ਹੈ ਤਾਂ ਕਿਆ ਮੈਂ ਨਹੀਂ ਜਾਵਾਂਗਾ? ਜਾਵਾਂਗਾ। ਬਸ ਉਸੇ ਹਿਸਾਬ ਨਾਲ ਮੈਂ, ਗਰਮੀ ਹੈ ਤਾਂ ਉਸਦੇ ਹਿਸਾਬ ਨਾਲ ਕੱਪੜੇ ਪਾ ਲਾਂਗਾ, ਬਾਰਿਸ਼ ਹੈ ਤਾਂ ਉਹਦੇ ਹਿਸਾਬ ਨਾਲ ਪਾ ਲਾਂਗਾ, ਸਰਦੀ ਹੈ ਤਾਂ ਉਹਦੇ ਹਿਸਾਬ ਨਾਲ ਪਾ ਲਾਂਗਾ, ਮੈਂ ਆਪਣੇ ਆਪ ਨੂੰ ਲੈਮੀਨੇਟ ਕਰਾਂਗਾ ਨਾ। ਅੱਜ ਬਾਹਰ ਬਾਰਿਸ਼ ਹੋ ਰਹੀ ਹੈ ਤਾਂ ਮੈਨੂੰ ਕਿੱਥੇ ਜਾਣਾ ਤਾਂ ਕਿਆ ਮੈਂ ਬਾਰਿਸ਼ ਨੂੰ ਬੋਲਾਂਗਾ ਕਿ ਇਹ ਬਾਰਿਸ਼ ਤੂੰ ਰੁਕ ਜਾ ਕਿਉਂਕਿ ਮੈਨੂੰ ਕੰਮ 'ਤੇ ਜਾਣਾ? ਔਰ ਇਹ ਗੱਲ ਸੁਣੋ, ਤੁਹਾਡੇ ਕਹਿਣ 'ਤੇ ਉਹ ਰੁਕ ਜਾਏਗੀ? ਨਾ ਕਹਿਣਾ ਹੈ, ਨਾ ਰੋਕਣਾ, ਨਾ ਉਸਨੇ ਰੁਕਣਾ। ਤੁਸੀਂ ਆਪਣੇ ਕੰਮ 'ਤੇ ਨਿਕਲਣਾ, ਉਹ ਨਿਕਲੋ।